ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈਗਾ ਤੇ ਮੈਂ ਬਾਣੀ ਦੀ ਵਿਆਖਿਆ ਕਰਦਾ ਹੈਗਾ ਤੇ ਅੱਜ ਕਰਨ ਲੱਗਾ ਸਤਿਗੁਰੂ ਨਾਨਕ ਦੇਵ ਜੀ ਦੀ ਧਨਾਸਰੀ ਮਹੱਲਾ ਪਹਿਲਾ। ਇਹ ਨਾਮ ਹੈ ਜਿਹੜਾ ਸਹਿਜ, ਇਹਦੇ 'ਚ ਆਉਂਦਾ ਹਰਫ ਸਹਿਜ ਜਿਹੜਾ ਹੈਗਾ, ਬਹੁਤਿਆਂ ਲੋਕਾਂ ਨੂੰ ਪਤਾ ਨਹੀਂ ਹੈਗਾ ਕੀ ਹੁੰਦਾ ਹੈਗਾ ਤੇ ਇਹਦੀ ਸਮਝਣ ਜ਼ਰੂਰ ਹੈਗੀ। ਇਹ ਹੈਗੇ ਇਹ ਹੁੰਦਾ ਸਿੱਖ ਜਿਹੜਾ ਹੁੰਦਾ, ਜਿਹੜਾ ਬੇਮੁੱਖ ਹੁੰਦਾ, ਜਿਹਨੂੰ ਸੁਰਤੀ ਨਹੀਂ ਹੈਗੀ, ਬੇਸੁਰਤ। ਇਹਦੇ ਲਈ ਬਾਣੀ 'ਚ ਆਉਂਦਾ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ, ਜਿਹਦਾ ਮਨ ਜਾਗਿਆ ਹੋਵੇ, ਮਨ ਤੋਂ ਏਕ ਹੈ ਚਾਹੇ ਵਿਸ਼ੇ ਕੁਮਾਰ ਚਾਹੇ ਕਰ ਭਗਤੀ ਰਾਮ ਕੀ। ਜਿਹੜਾ ਮਨ ਹੈਗਾ ਇਹ ਹੈਗਾ ਜਾਗਿਆ ਹੋਇਆ ਤੇ ਇਹ ਚਤਰ ਚਲਾਕ ਹੁੰਦਾ ਹੈਗਾ, ਯਾਨੀ ਕਿ ਆਪਣੇ ਨੂੰ ਚਲਾਕੀਆਂ ਆਪਣੀਆਂ ਮਨ ਮਰਜ਼ੀ ਦੀਆਂ ਚਲਾਉਣਾ ਲੱਗ ਪੈਂਦਾ, ਮਨ ਇਹਦੇ ਕਾਬੂ ਨਹੀਂ ਹੁੰਦਾ। ਇਹ ਮਨ ਜਦੋਂ ਬੁੱਧੀ ਦੇ ਹੇਠ ਆ ਜਾਏ ਤੇ ਉਦੋਂ ਜੋ ਪਰਮਾਤਮਾ ਦਾ ਹੁਕਮ ਹੈਗਾ ਉਸ ਦੇ ਮੁਤਾਬਿਕ ਚੱਲੇ, ਉਹਦੀ ਰਜ਼ਾ ਦੇ ਮੁਤਾਬਿਕ ਚੱਲੇ, ਤਦ ਇਹਦੇ ਕੋਲ ਸਹਿਜ ਹੁੰਦਾ। ਉਦੋਂ ਜਦੋਂ ਬੁੱਧੀ ਦੇ ਹੇਠ ਆ ਜਾਏ, ਆਪਣੀ ਚਤਰਾਈ ਨਾ ਚੱਲੇ, ਜੋ ਅਕਾਲ ਪੁਰਖ ਦਾ ਪਾਣਾ ਹੈਗਾ ਉਹਦੇ ਦੇ ਮੁਤਾਬਿਕ ਚੱਲੇ, ਉਹਦੇ ਇਹ ਫਿਰ ਉਹ ਸਹਿਜ ਆ ਜਾਂਦਾ ਇਹਦੇ 'ਚ। ਜਦੋਂ ਸਹਿਜ ਆ ਜਾਏ ਫਿਰ ਬਾਣੀ ਸਮਝ ਆਉਂਦੀ ਹੈਗੀ ਅਤੇ ਫਿਰ ਉਹ ਜਿਹੜਾ ਨਾ ਅੱਗੇ ਪ੍ਰੋਗਰੈਸ ਕਰਦਾ ਹੈਗਾ। ਚੁੱਪਿਆਂ ਚੁੱਪ ਨਾ ਹੋਈ ਜੇ ਸੋਚੀ ਲਖਵਾਰ, ਚੁੱਪਿਆਂ ਚੁੱਪ ਨਾ ਹੋਈ ਇਹ ਜਿਹੜਾ ਮਨਮੁੱਖ ਹੈਗਾ ਚਤਰ ਚਲਾਕ, ਇਹ ਜਿਹਦਾ ਘੁਮਿਆਰੀ ਭਾਂਡਾ ਸਲਾਉਂਦੀ, ਇੱਦਾਂ ਸਲਾਉਂਦੀ ਹੈ, ਆਪਣੇ ਆਪ ਨੂੰ ਸਲਾਉਂਦਾ ਹੈਗਾ, ਇਹ ਆਪਣੀ ਵਡਿਆਈ ਚਾਹੁੰਦਾ ਹੈਗਾ। ਜਿੱਦਾਂ ਗਿਆਨੀ ਗਿਉਨੀ ਆ ਜਾਂਦੇ ਕੱਪੜੇ ਪਾ ਕੇ ਤਾਂ ਰੇਸ਼ਮੀ ਰੂਸ਼ਮੀ, ਅਤੇ ਲੋਕ ਉਹ ਕਹਿੰਦੇ ਹਾਂ ਹਾ ਕਿੱਦਾਂ ਦਾ ਪਾਇਆ ਇਹ ਨਿਚੋਲਾ ਅਤੇ ਕਿੱਦਾਂ ਦਾ ਸੋਹਣਾ ਹੈਗਾ। ਇਹ ਹੈਗੇ ਨੇ ਜਿਹੜੇ ਮਨਮੁੱਖ ਆਪਣੀ ਵਡਿਆਈ, ਅਤੇ ਜਿਹੜੇ ਸਹਿਜ ਇਹਨਾਂ ਕੋਲ ਹੁੰਦਾ, ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਕੱਪੜੇ ਦਾ ਨਹੀਂ ਹੁੰਦਾ, ਉਹਨਾਂ 'ਚ ਮੂੰਹ 'ਚ ਕੀ ਨਿਕਲਦਾ ਹੈਗਾ ਉਹ ਸੋਚਦੇ ਨੇ, ਉਹਨਾਂ ਕੋਲ ਸਹਿਜ ਹੁੰਦਾ ਹੈਗਾ। ਹੋਮੇ ਮਨ ਬੁੱਧੀ, ਜਿਹਨਾਂ ਕੋਲ ਸਹਿਜ ਹੋਵੇ ਉਹਨਾਂ ਲਈ ਬਾਣੀ 'ਚ ਆਉਂਦਾ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾਰ, ਇਹਨਾਂ ਨੂੰ ਭੁੱਖ ਹੈਗੀ ਨਾਮ ਦੀ, ਪੈਸੇ ਦੀ ਨਹੀਂ ਹੈਗੀ। ਅਤੇ ਫਿਰ ਭੁੱਖ ਜਦੋਂ ਹੁੰਦੀ ਹੈ ਇੱਥੇ ਜਦੋਂ ਆ ਜਾਂਦੀ ਚੌਥੀ ਬਿਰਤੀ 'ਚ, ਜਿੱਦਾਂ ਸਤਿਗੁਰੂ ਅਰਜਨ ਦੇਵ ਜੀ ਚੌਥੀ ਬਿਰਤੀ ਦੇ ਸੀਗੇ, ਉਹਨਾਂ ਦੇ ਸਿੱਖ ਜਿਹੜੇ ਸੀ ਉਹਨਾਂ ਲਈ ਹੈਗਾ ਸਾਧੂਆਂ ਲਈ, ਸਹਿਣ ਸਿਆਪਾਂ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ, ਉਹਨਾਂ ਦੀ ਆਪਣੀ ਸਿਆਣਪ ਨਹੀਂ ਚੱਲਦੀ, ਜੋ ਅਕਾਲ ਪੁਰਖ ਉਹਨਾਂ ਨੂੰ ਕਹਿੰਦਾ ਉਹ ਬੋਲਦੇ ਨੇ, ਉਹਦੇ ਸਪੋਕਸਮੈਨ ਬਣ ਜਾਂਦੇ ਨੇ। ਅਤੇ ਚਿੱਤ ਬਿਰਤੀ ਦੇ ਲੋਕ ਇਹਦੇ ਨਾਲ ਹੁਣ ਸਹਿਜ ਦਾ ਇਹਦੇ ਨਾਲ ਪਤਾ ਲੱਗ ਜਾਏਗਾ, ਗੁਰਮੁਖਾਂ ਕੋਲ ਸਹਿਜ ਹੁੰਦਾ ਹੈਗਾ, ਮਨਮੁਖ ਚਤੁਰ ਚਲਾਕ ਹੁੰਦੇ ਨੇ। ਸਹਿਜ ਮਿਲੇ ਮਿਲਾਇਆ ਪ੍ਰਵਾਨ, ਫਿਰ ਸਹਿਜ ਮਿਲ ਜਾਣਾ ਆਪਣੇ ਆਦਮੀ ਨੂੰ, ਫਿਰ ਜਿਹੜਾ ਹੈਗਾ ਉਹਦਾ ਜਿਹੜਾ ਆਪੇ ਮਿਲ ਜਾਂਦਾ ਆਦਮੀ ਉਹਦੇ ਨਾਲ ਅਕਾਲ ਪੁਰਖ ਨਾਲ, ਉਹਦਾ ਪ੍ਰਵਾਨ ਹੋ ਜਾਂਦਾ ਹੈਗਾ, ਆਪਣੀ ਚਤਰਾਈ ਨਹੀਂ ਚਲਾਉਂਦਾ। ਨਾ ਤੇ ਸਮਰਨ ਨਾ ਆਵਣ ਜਾਣ, ਨਾ 84 ਦੀ ਜੂਨੀ ਛੁੱਟ ਜਾਂਦੀ ਹੈਗੀ। ਠਾਕੁਰ ਮੈਂ ਦਾਸ, ਦਾਸ ਮੈਂ ਸੋਏ, ਠਾਕੁਰ ਜਿਹੜਾ ਹੈਗਾ ਅਕਾਲ ਪੁਰਖ ਉਹ ਦਾਸ ਵਿੱਚ ਹੈਗਾ,
ਇਹ ਹਰਿਮੰਦਰ ਹੈ ਨਾ, ਹਰਿਮੰਦਰ ਦੇ ਵਿੱਚ ਹਰ ਹੀ ਰਹਿੰਦਾ ਅਤੇ ਹਰ ਜਿਹੜਾ ਉਹੀ ਠਾਕੁਰ ਹੈਗਾ। ਠਾਕੁਰ ਮੈਂ ਦਾਸ, ਦਾਸ ਮੈਂ ਠਾਕੁਰ, ਉਹ ਇੱਕ ਉਹਨਾਂ ਦੀ ਲਿਬ ਲੱਗ ਜਾਂਦੀ ਹੈਗੀ। ਜਦ ਦੇਖੇ ਤਾਂ ਅਵਰ ਨਾ ਕੋਏ, ਉਹ ਜਿਹੜੇ ਪਾਸੇ ਵੀ ਦੇਖਦਾ ਕਹਿੰਦਾ ਵੀ ਉਹਦੀ ਉਹਦੀ ਨਜ਼ਰ ਆਉਂਦੀ ਅਕਾਲ ਪੁਰਖ ਦੀ, ਉਹਨੂੰ ਰੋਸ਼ਨੀ ਹਰ ਇੱਕ 'ਚ। ਜਿੱਦਾਂ ਭਾਈ ਘਨੱਈਆ ਜੀ ਸੀਗੇ, ਉਹਨਾਂ ਨੂੰ ਕੋਈ ਸੀਗਾ ਨਹੀਂ ਵੀ ਇਹ ਮਾਰਦੇ ਨੇ, ਉਹਨਾਂ ਨੂੰ ਇਹ ਦੁਸ਼ਮਣ ਹੈਗੇ ਜਾਂ ਇਹ ਸਾਥੀ ਹੈਗੇ ਨੇ। ਉਹਨਾਂ ਲਈ ਹਰ ਇੱਕ ਇੱਕੋ ਜਿਹਾ ਸੀ, ਕੋਈ ਦੁਸ਼ਮਣ ਕੋਈ ਸਾਥੀ, ਨਾ ਕੋਈ ਬੈਰੀ ਨਾ ਹੀ ਬਗਾਨਾ। ਗੁਰਮੁਖ ਭਗਤ ਸਹਿਜ ਘਰ ਪਾਇਆ, ਪਾਈਏ ਗੁਰਮਤ। ਗੁਰਮੁਖ ਹੁੰਦਾ ਉਹ ਜਿਹੜਾ ਪ੍ਰਚਾਰ ਕਰੇ। ਗੁਰ ਹੈਗਾ ਢੰਗ, ਲੋਜੀਕਲ ਰੀਜਨਿੰਗ, ਮੁੱਖ ਹੈਗਾ ਮੂੰਹ, ਜਿਹੜਾ ਲੋਜੀਕਲ ਰੀਜਨਿੰਗ ਨਾਲ ਬੋਲੇ ਗੁਰਮੁਖ, ਉਹ ਭਗਤ ਸਹਿਜ ਘਰ ਪਾਇਆ। ਉਹਦੇ ਕੋਲ ਸਹਿਜ ਹੁੰਦਾ, ਉਹਦੇ ਝੋਰੇ ਉਹ ਘਰ ਪਾ ਲਿਆ ਉਹਨੇ ਸਹਿਜ ਵਾਲਾ, ਯਾਨੀ ਚਤਰ ਚਲਾਈ ਛੱਡ ਦਿੱਤੀ ਸਾਰਾ ਕੁਛ। ਉਹ ਲੋਜੀਕਲ ਰੀਜਨਿੰਗ ਨਾਲ ਬੋਲਦਾ, ਐਵੇਂ ਨਹੀਂ ਆਲ ਪਤਾਲ ਬੋਲੀ ਜਾਂਦਾ। ਬਿਨ ਗੁਰ ਬੇਟੇ ਮਰ ਆਈਏ ਜਾਈਏ, ਬਿਨ ਗੁਰ, ਗੁਰ ਕੀ ਹੈਗਾ ਢੰਗ, ਗੁਰ ਕਹੀਦਾ ਨਾ ਸਵਾਲ ਕੱਢਣ ਦਾ, ਕੀ ਗੁਰ ਹੈਗਾ। ਜਦੋਂ ਉਹ ਗੁਰ ਭੇਟ ਲਈਏ ਨਾ, ਫਿਰ ਉਹ ਸਵਾਲ ਵੀ ਨਿਕਲੇ ਆਉਂਦਾ ਹੈਗਾ। ਇਸੇ ਤਰ੍ਹਾਂ ਹੀ ਅਕਾਲ ਪੁਰਖ ਨੂੰ ਪਾਉਣ ਦਾ ਕੀ ਗੁਰ ਹੈਗਾ, ਲੋਜੀਕਲ ਰੀਜਨਿੰਗ। ਕਹਿੰਦੇ ਬਿਨ ਗੁਰ ਭੇਟੇ, ਵੀ ਬਗੈਰ ਉਹਦੇ ਗੁਰ ਤੇ ਭੇਟੇ ਨਾ, ਉਸ ਢੰਗ ਭੇਟੇ ਦੇ ਮਰ ਆਈਏ ਜਾਈਏ, ਫਿਰ ਆਦਮੀ 84 ਦੀ ਜੂਨੀ 'ਚ ਪੈ ਜਾਂਦਾ ਹੈਗਾ। ਰਹਾਓ ਸੋ ਗੁਰ ਕਰਿਓ ਜੈ ਸਾਚ ਦੜਾਵੇ, ਸੋ ਗੁਰੂ ਕਰਿਓ। ਉਹੀ ਮੇਰਾ ਹੈਗਾ ਗੁਰੂ ਹੈਗਾ, ਉਹੀ ਉਹਦੇ ਮੈਂ ਮੁਤਾਬਿਕ ਚੱਲਦਾ ਹੈਗਾ। ਕਰਿਓ ਉਹਨੂੰ ਮੈਂ ਅਧਾਰਿਆ ਹੈਗਾ, ਜੈ ਸਾਚ ਦੜਾਈਓ, ਜਿਹੜਾ ਮੈਨੂੰ ਉਹਦਾ ਨਾਮ, ਸੱਚ ਦਾ ਨਾਮ ਮੈਨੂੰ ਯਾਦ ਕਰਾਉਂਦਾ ਹੈਗਾ। ਉਹ ਕੌਣ ਹੈਗਾ? ਸਤਿਗੁਰੂ, ਜਿਹੜਾ ਅੰਦਰ ਬੈਠਾ ਹੈਗਾ। ਅੰਤਰ ਸਤਿਗੁਰੂ ਰਾਧੀਏ ਜੀਵਾ ਜੱਪੇ ਨਾਮ। ਇਹ ਸਤਿਗੁਰੂ ਜਿਹੜਾ ਹੈਗਾ, ਸਤਿਗੁਰੂ ਨਾਨਕ ਦੇਵ ਜੀ ਨਾਲ ਫਿਰ ਗੱਲ ਕਰਦਾ ਹੈਗਾ, ਅਤੇ ਉਹਨਾਂ ਦੇ ਜਿਹੜੇ ਹੈਗੇ ਸਾਰੇ ਪੰਜ ਹੋਠ ਜਿਹੜੇ ਹੈਗੇ ਨੇ ਸਤਿਗੁਰੂ, ਉਹਨਾਂ ਨਾਲ ਇਹ ਗੱਲ ਕਰਦਾ ਹੈ, ਉਹਨਾਂ ਦੀ ਬਾਣੀ ਸਮਝ ਆਉਂਦੀ ਉਹਦੇ। ਅਕਥ ਕਥਾਵੇ ਸ਼ਬਦ ਮਿਲਾਵੇ, ਅਕਥ ਜਿਹੜਾ ਹੈਗਾ, ਇਹ ਸ਼ਬਦ ਜਿਹੜਾ ਹੈਗਾ ਲਿਖਿਆ ਨਹੀਂ ਜਾ ਸਕਦਾ ਕਿਤਾਬਾਂ 'ਚ। ਇਹ ਜਿਹੜੀ ਚੀਜ਼ ਹੈਗੀ ਇਹ ਕਿਤਾਬਾਂ ਪੜ੍ਹਨ ਨਾਲ ਨਹੀਂ ਮਿਲਦੀ। ਕਿਤਾਬਾਂ ਪੜ੍ਹ ਲਓ, ਪੋਥੀਆਂ ਲੱਭ ਲਓ, ਕੁਛ ਨਹੀਂ ਮਿਲਦਾ। ਇਹ ਅਕਾਲ ਪੁਰਖ ਤੋਂ ਧੁਰ ਤੋਂ ਮਿਲਦਾ ਹੈਗਾ। ਉਹ ਫਿਰ ਜਦੋਂ ਧੁਰ ਦੀ ਲੋਜੀਕਲ ਰੀਜਨਿੰਗ ਨਾਲ ਜਦੋਂ ਮਿਲਦਾ ਹੈਗਾ ਨਾ, ਉਹ ਫਿਰ ਅਕਥ ਹੈਗਾ, ਉਹ ਲਿਖਿਆ ਨਹੀਂ ਜਾਂਦਾ। ਕਥਾਵੇ ਉਹ ਫਿਰ ਆਦਮੀ ਬੋਲਦਾ ਹੈਗਾ, ਸਮਝਾਉਂਦਾ ਲੋਕਾਂ ਨੂੰ ਵੀ ਆਹ ਹੈਗਾ ਵੀ ਇਹਦਾ ਮਤਲਬ। ਸ਼ਬਦ ਮਿਲਾਵੇ, ਫਿਰ ਉਹ ਸ਼ਬਦ ਨਾਲ ਮਿਲਾਉਂਦਾ। ਸ਼ਬਦ ਜਿਹੜਾ ਹੈਗਾ ਲੋਜੀਕਲ ਰੀਜਨਿੰਗ ਨਾਲ ਤੱਤਮੋਲ ਜਿਹੜਾ ਹੈਗਾ ਲੋਗੋ ਨੂੰ ਕਹੀਦਾ, ਜਿਹੜਾ ਸਮਝੀਏ ਨਾ ਉਹਦੇ ਲੋਜੀਕਲ ਰੀਜਨਿੰਗ ਨਾਲ, ਉਹਨੂੰ ਲੋਗੋਸ ਕਹਿੰਦੇ। ਲੋਗੋ ਹੈਗਾ ਸ਼ਬਦ। ਹਰ ਕੇ ਲੋਕ ਅਵਰ ਨਹੀਂ ਕਾਰਾ, ਜਿਹੜੇ ਹਰ ਕੇ ਲੋਕ ਨੇ, ਜਿਹੜੇ ਹਰ ਜਨ ਹੈਗੇ ਨੇ, ਹਰ ਦੇ ਜਨ, ਹਰੀਜਨ ਨਹੀਂ। ਹਰੀਜਨ ਹੁੰਦੇ ਜਿਹੜੇ ਉੱਥੇ ਦਾਸੀਆਂ ਦੇ ਪੇਟ 'ਚ ਪੈਦਾ ਹੁੰਦੇ ਨਾ ਹਰਾਮੀ, ਉਹਨਾਂ ਨੂੰ ਹਰੀਜਨ ਕਹੀਦਾ ਹੈਗਾ।
ਇਹ ਹਰ ਜਨ ਹੈਗਾ, ਜਨ ਕੇ ਲੋਗ, ਹਰ ਕੇ ਲੋਗ ਅਵਰ ਨਹੀਂ ਕਾਰਾ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ, ਉਹਨਾਂ ਨੂੰ ਨਾਮ ਨਾਲ ਹੀ ਹੈਗਾ, ਦਿਨ ਰਾਤ ਉਹਦੀ ਸੋਚ ਕਰਦੇ ਰਹਿੰਦੇ ਨੇ, ਵਿਚਾਰਦੇ ਰਹਿੰਦੇ ਨੇ, ਅਤੇ ਉਹ ਫਿਰ ਉਚਾਰਦੇ ਨੇ ਉਹਦਾ ਨਾਮ। ਸਾਚਿਓ ਠਾਕਰ ਸਾਚ ਪਿਆਰਾ, ਸਾਚਿਓ ਸਾਡਾ ਠਾਕਰ ਜਿਹੜਾ ਹੈਗਾ ਉਹ ਸਾਡਾ ਸੱਚਾ ਹੈਗਾ, ਉਹ ਝੂਠਾ ਨਹੀਂ ਹੈਗਾ, ਮਾਇਆ ਝੂਠੀ ਹੈਗੀ ਨਾ, ਉਹ ਸਾਡਾ ਸੱਚਾ ਹੈਗਾ। ਸਾਚ ਪਿਆਰਾ, ਸਾਨੂੰ ਫਿਰ ਸੱਚ ਨਾਲ ਹੀ ਪਿਆਰ ਹੈਗਾ, ਝੂਠ ਨਾਲ ਨਹੀਂ, ਕੂੜ ਨਾਲ ਨਹੀਂ ਹੈਗਾ ਪਿਆਰ। ਤਨ ਮੇ ਮਨੁਆ ਮਨ ਮੇ ਸਾਚਾ, ਤਨ ਵਿੱਚ ਹੈਗਾ ਮਨ, ਮਨ ਜਿਹੜਾ ਹੈਗਾ ਜਿਹੜਾ ਸੋਚ ਵਿਚਾਰ ਕਰਦਾ ਹੈਗਾ ਨਾ, ਉਹ ਮਨ ਹੈਗਾ। ਲੌਜੀਕਲ ਰੀਜਨਿੰਗ, ਮਨ ਜਾਗਿਆ ਹੋਏਗਾ ਤਾਂ ਤਦ ਤੁਸੀਂ ਕਰ ਸਕਦੇ ਹੈਗੇ, ਜੇ ਮਨ ਸੁੱਤਾ ਹੈਗਾ ਫਿਰ ਨਹੀਂ ਕਰ ਸਕਦੇ। ਅਤੇ ਮਨ ਮੇ ਸਾਚਾ, ਮਨ ਵਿੱਚ ਹੀ ਸਾਡੇ 'ਚ ਉਹ ਸਾਚਾ ਅਕਾਲ ਪੁਰਖ ਹੈਗਾ। ਸੋ ਸਾਚਾ ਮਿਲ ਸਾਚੇ ਰਾਚਾ, ਸੋ ਸਾਚਾ ਉਹ ਹੈਗਾ ਸੱਚਾ ਆਦਮੀਗਾ, ਸਾਚਾ ਮਿਲ ਸਾਚੇ ਰਾਚਾ, ਜਿਹੜਾ ਸੱਚ ਨਾਲ ਸ਼ਬਦ ਨਾਲ ਰਚਿਆ ਹੋਇਆ ਹੈਗਾ, ਰਤਿਆ ਹੋਇਆ ਹੈਗਾ, ਉਹ ਹੈਗਾ ਸਾਚਾ ਆਦਮੀ। ਉਹ ਨਹੀਂ ਜਿਹੜਾ ਕੂੜ ਹੈਗਾ, ਕੁੜਿਆਰ ਮਿੱਠੀ ਮਿੱਠੀ ਬੋਲਦਾ ਹੈਗਾ, ਅਤੇ ਜਦੋਂ ਕੂੜ ਡੋਬੇ ਪੂਰ, ਜਿੱਦਾਂ ਭਿੰਡਰਾਂ ਵਾਲੇ ਨੇ ਪੂਰ ਡੋਬਿਆ 1984 'ਚ, ਭਿੰਡਰਾਂ ਵਾਲਾ ਨਾਂ ਸਿੱਖ ਸੀਗਾ, ਸਿੱਖ ਜਿਹੜਾ ਹੈਗਾ ਨਾ ਕੋਈ ਬੈਰੀ ਨਾ ਬਗਾਨਾ ਬੰਦੂਕਾਂ ਚੱਕੀ ਫਿਰਦਾ ਸੀ, ਅਤੇ ਨਾ ਹੀ ਉਹ ਖਾਲਸਾ ਸੀਗਾ। ਖਾਲਸੇ ਦਾ ਉੱਥੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਤਾਂ ਆਏ ਨਹੀਂ ਹੈਗੇ, ਖਾਲਸੇ ਦਾ ਪਿਓ ਤਾਂ ਆਇਆ ਨਹੀਂ ਹਰਿਮੰਦਰ ਸਾਹਿਬ, ਕਿ ਉਹਦਾ ਕੰਮ ਨਹੀਂ ਸੀ, ਕੋਈ ਕਰੂਰਾਂ ਨਹੀਂ ਸੀ ਰਲਦਾ, ਨਾ ਸਿੱਖ ਨਾਲ ਰਲਦਾ ਸੀ ਅਤੇ ਨਾ ਨਿਰਮਲੇ ਸੰਤਾਂ ਨਾਲ। ਸਿੱਖ ਹੈਗਾ ਭਗਤ ਹੈਗੇ, ਨਿਰਮਲੇ ਸੰਤ ਨਾਮ ਦਾ ਖੰਡਾ ਚਲਾਉਂਦੇ ਨੇ, ਇਹ ਉੱਥੇ ਕੰਪਲੈਕਸ 'ਚ ਕੀ ਕਰਦਾ ਸੀ ਬੰਦੂਕਾਂ ਲੈ ਕੇ, ਅਤੇ ਇਸ ਕਰਕੇ ਇਹ ਜਿਹੜੇ ਸੀਗੇ ਨੇ ਕੂੜ ਡੋਬੇ ਪੂਹ ਅਤੇ ਲੋਕ ਮਰਦੇ ਨੇ। ਸੋ ਸਾਚਾ ਮਿਲ ਸਾਚੇ ਰਾਚਾ, ਸੇਵਕ ਪ੍ਰਭ ਕੇ ਲਾਗੇ ਪਾਏ, ਸੇਵਕ ਜਿਹੜਾ ਹੈਗਾ ਪ੍ਰਭ ਕੇ ਲਾਗੇ ਪਾਏ, ਉਹ ਸੇਵਕ ਜਿਹੜਾ ਹੈਗਾ ਪ੍ਰਭ ਦੇ ਲਾਗੇ ਹੈਗਾ। ਕਿੰਨੀ ਦੂਰ ਹੈਗਾ? ਜਿੰਨੀ ਦੂਰ ਤੁਹਾਡਾ ਦਿਲ ਹੈਗਾ, ਉਹ ਅੰਦਰ ਹੈਗਾ ਪ੍ਰਭ ਦੇ, ਉਹ ਬਾਹਰ ਨਹੀਂ ਹੈਗਾ, ਅਤੇ ਇਸ ਕਰਕੇ ਅੰਦਰ ਹੈਗਾ ਉਹ ਫਿਰ ਤੁਹਾਨੂੰ ਦੱਸਦਾ, ਪ੍ਰਭ ਹੀ ਤੁਹਾਨੂੰ ਦੱਸਦਾ ਵੀ ਆਹ ਸੋਚ ਉਹ ਤੁਸੀਂ ਸੋਚਦੇ ਆ, ਅਤੇ ਪ੍ਰਭ ਤੁਹਾਡੀ ਮਦਦ ਕਰਦਾ ਵੀ ਹਾਂ ਵੀ ਆਹ ਕਰ ਲਾ ਵੀ ਆਹ ਕਰ ਲਾ, ਉਹੀ ਤੁਹਾਡਾ ਸਬਕ ਦੇਣ ਨਾਲ ਹੈਗਾ। ਸਤਿਗੁਰੂ ਪੂਰਾ ਮਿਲੇ ਮਲਾਏ, ਸਤਿਗੁਰੂ ਪੂਰਾ ਜਿਹੜਾ ਸਤਿਗੁਰੂ ਹੈਗਾ ਪੂਰਾ ਹੈਗਾ, ਉਹਦੇ ਤੋਂ ਵੱਡਾ ਕੋਈ ਨਹੀਂ ਹੈਗਾ। ਤਿੰਨ ਹੈਗੇ ਨੇ ਮਾਤਾ ਪਿਤਾ ਅਤੇ ਪੰਡਿਤ, ਇਹ ਤਿੰਨ ਗੁਰੂ ਨੇ, ਮਾਤਾ ਪਿਤਾ ਅਤੇ ਪੰਡਿਤ, ਜਿਹੜੇ ਇੱਕ ਮੋਰਲ ਸਿਕਸ਼ਾ ਦਿੰਦੇ ਗੁਰੂ ਹੈਗੇ ਨੇ। ਜਿਹੜਾ ਮਨ ਨੂੰ ਦੇਵੇ ਸਿਕਸ਼ਾ ਉਹਨੂੰ ਕਹੀਦਾ ਸਤਿਗੁਰੂ ਜਾਂ ਕ੍ਰਾਈਸਟ, ਅਤੇ ਅੰਤਰ ਸਤਿਗੁਰੂ ਰਾਧੀਏ ਜੀਵਾ ਜਪੇ ਨਾਮ, ਇਹ ਗੁਰਮੁਖ ਦਾ ਹੈਗਾ ਕੰਮ। ਸਤਿਗੁਰੂ ਪੂਰਾ ਮਿਲੇ ਮਿਲਾਇਆ, ਸਤਿਗੁਰੂ ਪੂਰਾ ਜਦ ਮਿਲ ਜਾਂਦਾ ਜਦੋਂ, ਫਿਰ ਮਿਲੇ ਮਿਲਾਇਆ ਫਿਰ ਉਹਦੇ ਨਾਲ ਮਿਲਾ ਦਿੰਦਾ ਤੁਹਾਨੂੰ ਆਪੇ ਹੀ, ਆਪੇ ਦਿਖਾਵੇ ਆਪੇ ਦੇਖੇ, ਉਹ ਫਿਰ ਆਪੇ ਹੀ ਤੁਹਾਨੂੰ ਦਿਖਾਉਂਦਾ ਹੈਗਾ ਅੰਦਰ ਸਤਿਗੁਰੂ, ਅਤੇ ਆਪ ਹੀ ਦੇਖਦਾ ਹੈਗਾ ਕਿ ਉਹਨੂੰ ਆਪ ਹੀ ਉਹ ਸਿੱਖਦਾ ਹੈਗਾ ਲੌਜੀਕਲ ਰੀਜਨਿੰਗ ਨਾਲ, ਤੁਹਾਨੂੰ ਪਤਾ ਲੱਗਦਾ ਵੀ ਅੰਦਰ ਅਕਾਲ ਪੁਰਖ ਅੰਦਰ ਹੀ ਹੈਗਾ।
ਹੱਠ ਨਾ ਪਤੀਜੇ ਨਾ ਬਹੁ ਭੇਖੇ। ਉਹ ਨਾ ਹੱਠ ਕਰਦਾ ਹੈਗਾ, ਉਹ ਨਹੀਂ ਹੋਏਗਾ ਨਾ ਬਹੁ ਭੇਖੇ, ਉਹ ਭੇਖ ਵੀ ਨਹੀਂ ਬਣਾਉਂਦਾ। ਜਿੱਦਾਂ ਭੇਖਦਾਰੀ ਹੈਗੇ ਨੇ ਆ ਜਾਂਦੇ ਨੇ ਚੋਲੇ ਪਾ ਕੇ ਲੰਬੇ ਲੰਬੇ, ਕੋਈ ਕਾਲਾ ਆ ਗਿਆ ਕਾਲੀ ਕੰਬਲੀ ਵਾਲਾ, ਕੋਈ ਹਰੀ ਕੰਬਲੀ ਵਾਲਾ, ਕੋਈ ਪੀਲੀ ਕੰਬਲੀ ਵਾਲਾ, ਉਹ ਭੇਖ ਭੁੱਖ ਨਹੀਂ ਉਹਨੂੰ ਆਉਂਦੇ। ਸਿੱਧਾ ਹੈਗਾ ਉਹਦਾ, ਖੇਤੀ ਕਰਦਾ ਹੈਗਾ ਆਪਣੀ ਦਸਾਂ ਨੌਵਾਂ ਦੀ ਕਮਾਈ, ਅਤੇ ਨਾਮ ਉਹਦਾ ਜਪਦਾ ਹੈਗਾ। ਇਹ ਜਿਹੜੇ ਜ਼ਿਮੀਦਾਰ ਲੋਕ ਹੈਗੇ ਨੇ ਇਹ ਰੱਬ ਦੇ ਲਾਗੇ ਹੈਗੇ ਨੇ। ਇਹ ਜ਼ਮੀਨ ਜਿਹੜੀ ਹੈਗੀ ਇਹਨੂੰ ਕਹਿੰਦੇ ਨੇ ਅੱਠ, ਇਹਦੇ 'ਚ ਧਰਮ ਦੇ ਅੱਠ ਅੰਗ ਪੂਰੇ ਹੁੰਦੇ ਆ। ਅੱਠ ਅੰਗ ਜਿਹੜੇ ਨਾ ਉਹ ਧਰਮ ਦੇ ਪੂਰੇ ਹੁੰਦੇ ਖੇਤੀ 'ਚ। ਖੇਤੀ ਜਿਹੜੀ ਸਾਰਿਆਂ ਨਾਲ ਉੱਤਮ ਹੈ, ਉੱਤਮ ਖੇਤੀ ਮੱਧ ਵਪਾਰ ਭੀਖ ਚਾਖਰੀ। ਇਹ ਜਿਹੜਾ ਮੰਗਣਾ ਮੁੰਗਣਾ ਭੀਖ ਹੈਗੀ, ਇਹ ਸਭ ਤੇ ਹੈਗੀ ਪੂਰੀ। ਬਹੁ ਭੇਖੇ ਗੜ ਫਾਂਡੇ ਜਿਨ ਅੰਮ੍ਰਿਤ ਪਾਇਆ। ਇਹਨੇ ਆਹ ਜਿਹੜਾ ਭਾਂਡਾ ਹੈਗਾ ਘਰ ਭਾਂਡੇ, ਜਿਨ ਅੰਮ੍ਰਿਤ ਪਾਈਏ ਪਾਇਆ, ਉਹਨੇ ਫਿਰ ਇਸ ਭਾਂਡੇ 'ਚ ਆਪੇ ਅੰਮ੍ਰਿਤ ਕੱਢ ਕੇ ਪਾ ਲਿਆ। ਲੋਜੀਕਲ ਰੀਜਨਿੰਗ ਨਾਲ ਨਾਮ ਉਹਨੂੰ ਮਿਲ ਗਿਆ। ਪ੍ਰੇਮ ਭਗਤ ਪ੍ਰਭ ਮਨ ਪਤੀ ਪਤਿਆਇਆ। ਪ੍ਰੇਮ ਭਗਤ ਆਪਣੇ ਜਿਹੜਾ ਪ੍ਰੇਮ ਹੈਗਾ ਅਕਾਲ ਪੁਰਖ ਦੇ ਭਗਤੇ 'ਚ, ਉਹਦੇ ਨਾਲ ਫਿਰ ਮਨ ਜਿਹੜਾ ਉਹ ਸਭ ਉਹਨੂੰ ਆ ਜਾਂਦਾ ਹੈਗਾ ਸਬਰ। ਹੈਲੋ, ਹਾਂਜੀ, ਉਹ ਗਏ ਹੋਏ ਨੇ ਹੁਣੇ, ਮੈਂ ਫਿਰ ਆਉਂਦੇ ਤਾਂ ਮੈਂ ਦੱਸਦਾ। ਹਾਂ, ਉਹ ਨਹੀਂ ਉੱਥੇ ਗਏ ਆਪਣੇ ਰਾਜੋ ਦੇ ਨਾ, ਉਹ ਦੇਖਣ ਗਈ ਹੈਗੀ। ਹੈਂ, ਮੈਂ ਉਹਨੂੰ ਦੱਸਦਾ। ਹਾਂ ਨਹੀਂ ਚੰਗਾ, ਮੈਂ ਉਹਨੂੰ ਆਊਗੀ, ਮੈਂ ਦੱਸ ਦਿੰਦਾ। ਹਾਂਜੀ, ਆ ਜਾਣਾ ਹੁਣੇ। ਓਕੇ ਭੈਣ ਜੀ, ਚੰਗਾ ਜੀ, ਬਾਏ। ਸੋਰੀ। ਪੜ ਪੜ ਭੂਲੇ ਚੋਟਾਂ ਖਾਏ। ਹੁਣ ਜਿਹੜੇ ਨਾ ਲੋਕ ਕਿਤਾਬਾਂ ਪੜ੍ਹਦੇ ਨੇ ਵੀ ਉੱਥੋਂ ਨਾਮ ਮਿਲ ਜੂਗਾ, ਉਹ ਜਿੱਦਾਂ ਘੋੜੇ ਖੋਤੇ ਲੱਦੇ ਹੋਏ ਆ ਜਾਂਦੇ ਪੜ ਪੜ ਕੇ ਬਾਹਮਣ, ਤੇ ਆ ਜਾਂਦੇ ਸੀ ਮੁਕਾਬਲਾ ਕਰਨ। ਪੜ ਪੜ ਭੂਲੇ ਉਹ ਭੁੱਲੇ ਹੁੰਦੇ ਨੇ। ਇਹ ਨਾਮ ਜਿਹੜਾ ਅਕਾਲ ਪੁਰਖ ਤੋਂ ਮਿਲਦਾ ਹੈਗਾ, ਕਿਤਾਬਾਂ 'ਚੋਂ ਨਹੀਂ ਮਿਲਦਾ। ਕਿਤਾਬਾਂ 'ਚ ਤੁਸੀਂ ਇਹ ਦੇਖ ਲਓ, ਸੋਚੀਆਂ ਸੋਚਣਾ ਹੋਈ ਜੇ ਸੋਚੀ ਲਖਵਾਰ, ਕਿਤਾਬਾਂ 'ਚ ਪੜ੍ਹ ਕੇ ਇਹਦੀ ਦੇਖ ਲਓ ਵਿਆਖਿਆ ਕਈਆਂ ਨੇ ਕੀਤੀ ਹੋਈ, ਇੱਕ ਨੂੰ ਵੀ ਨਹੀਂ ਆਉਂਦੀ, ਵੀ ਉਹਨਾਂ ਨੂੰ ਚੌਂ ਖਾਣੀਆਂ ਦਾ ਪਤਾ ਨਹੀਂ ਹੈਗਾ। ਪੜ੍ਹਦੇ ਹੈਗੇ, ਸਭ ਕੁਛ ਕਰਦੇ ਹੈਗੇ, ਲੇਕਿਨ ਉਹਨਾਂ ਦੀ ਜਿਹੜਾ ਨਾ ਉਹਨਾਂ ਲੱਗਣਾ ਕਿੱਥੇ ਹੈਗਾ, ਉਹਨਾਂ ਦਾ ਗੁਰ ਨਹੀਂ ਆਉਂਦਾ। ਹੋਮੇ ਵਾਲੇ ਆਦਮੀ ਨੂੰ ਸੁਰਤੀ ਨਹੀਂ ਹੁੰਦੀ, ਇਹਦੇ ਲਈ ਹੈਗਾ ਸੋਚਿਆਂ ਸੋਚਣਾ ਹੋਈ ਜੇ ਸੋਚੀ ਲਿਖਵਾਰ। ਦੂਜਾ ਹੋਮੇ ਮਨ ਬਿਰਤੀ ਵਾਲੇ ਲੋਕ ਜਿਹੜੇ ਹੁੰਦੇ ਨੇ, ਬੜੇ ਚਤਰ ਚਲਾਕ ਹੁੰਦੇ ਨੇ, ਭੁੱਖਿਆਂ ਚੁੱਪਿਆਂ ਚੁੱਪਣਾ ਹੋਏ ਜੇ ਸੋਚੀ ਜੇ ਚੁੱਪਿਆਂ ਚੁੱਪਣਾ ਹੋਏ ਜੇ ਲਹਿਰ ਹਾਂ ਲਿਫਤਾਰ। ਜਿਹੜੇ ਗੁਰਮੁਖ ਹੁੰਦੇ ਉਹ ਹੁੰਦੇ ਨੇ ਭੁੱਖੇ ਨਾਮ ਦੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ। ਜਿਹੜੇ ਚਿੱਤ ਬਿਰਤੀ ਦੇ ਹੁੰਦੇ ਨੇ ਉਹ ਹੁੰਦੇ ਸਹਿਣ ਸਿਆਪਣ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ। ਬਹੁਤ ਸਿਆਣਪ ਆਵੇ ਜਾਏ ਉਹ ਪੜ ਪੜ ਭੂਲੇ ਚੋਟਾਂ ਖਾਏ। ਬਹੁਤ ਸਿਆਣਪ ਆਵੇ ਜਾਏ ਉਹਨਾਂ, ਉਹ ਪੜ੍ਹਦੇ ਨੇ ਕਿਤਾਬਾਂ ਪੜ੍ਹ ਕੇ ਕਹਿੰਦੇ ਆ ਹੁਣ ਤਾਂ ਅਸੀਂ ਪ੍ਰੋਫੈਸਰ ਬਣ ਗਏ, ਹੁਣ ਤਾਂ ਸਿਆਣੇ ਬਣ ਗਏ। ਤੇ ਉਹ ਆਵੇ ਜਾਵੇ ਉਹ
ਦੇਖਦੇ ਵੀ ਇੱਥੇ ਵੀ ਆਹ ਤਾਂ ਗਲਤ ਪੜ੍ਹੀ ਜਾਂਦੇ ਜਦ ਗਲਤ ਹੈਗਾ ਉਹ ਫਿਰ ਆਵੇ ਜਾਵੇ ਹੈਗਾ ਵੀ 84 ਦੀ ਜੂਨੀ 'ਚ ਪੈ ਰਹਿੰਦੇ ਨੇ ਉਹ ਨਹੀਂ ਉਹ ਜਿਹੜੀ ਸਿਆਣਪ ਕਿਤਾਬਾਂ ਦੀ ਉਹ ਨਹੀਂ ਅਕਾਲ ਪੁਰਖ ਨੂੰ ਪਾਉਂਦੀ। ਨਾਮ ਜਪੇ ਬਹੁਤ ਭੋਜਨ ਖਾਏ, ਜਿਹੜਾ ਨਾਮ ਜਪਦਾ ਨਾ ਆਦਮੀ ਅਕਾਲ ਪੁਰਖ ਦਾ ਗੁਰਮੁਖ ਉਹਦਾ ਨਾਮ ਸਤਿਗੁਰੂ ਜੀਵਾ ਅੰਤਰ ਸਤਿਗੁਰੂ ਅਰਾਧੀਏ ਜੀਵਾ ਜਪੇ ਨਾਮ, ਉਹ ਜਦੋਂ ਨਾਮ ਭੋਜਨ ਖਾਂਦਾ ਨਾ, ਨਾਮ ਜਪੇ ਬਹੁ ਭੋਜਨ ਖਾਏ, ਬਹੁ ਭਉ ਹੁੰਦਾ ਅਕਾਲ ਪੁਰਖ ਦਾ, ਜਿਹੜਾ ਗੁਰਮੁਖ ਨੂੰ ਗੁਰਮੁਖ ਹੁੰਦਾ ਨਡਰ ਹੁੰਦਾ ਹੈਗਾ, ਨਿਰਭੈ ਹੁੰਦਾ ਹੈਗਾ ਕਿ ਉਹਨੇ ਕੋਈ ਬੇਈਮਾਨੀ ਕੀਤੀ ਕਿਸੇ ਨਾਲ, ਉਹਨੂੰ ਭਉ ਹੁੰਦਾ ਹੈਗਾ ਅਕਾਲ ਪੁਰਖ ਦਾ। ਜਦੋਂ ਚੌਥੀ ਬਿਰਤੀ 'ਚ ਚਲੇ ਜਾਂਦਾ ਫਿਰ ਉਹ ਨਿਰਭਉ ਬਣ ਜਾਂਦਾ ਹੈਗਾ, ਇੱਕ ਮਿੱਕ ਹੋ ਜਾਂਦੀ ਅਕਾਲ ਪੁਰਖ ਨਾਲ। ਨਾਮ ਜਪੇ ਬਹੁ ਭੋਜਨ ਖਾਏ, ਉਹਦਾ ਭਉ ਨਾਲ ਅਕਾਲ ਪੁਰਖ ਦਾ ਭਉ ਰੱਖਦੇ ਮਨ 'ਚ, ਫਿਰ ਉਹ ਨਾਮ ਜਪਦੇ ਨੇ ਭੋਜਨ ਖਾਂਦੇ ਨੇ ਨਾਮ ਦਾ। ਗੁਰਮੁਖ ਸੇਵਕ ਰਹੇ ਸਮਾਏ, ਜਿਹੜਾ ਗੁਰਮੁਖ ਹੈਗਾ ਉਹ ਸੇਵਕ ਹੈਗਾ, ਉਹਦੇ 'ਚ ਰਹਿੰਦਾ ਸਮਾਏ, ਇਹਨੂੰ ਕਹਿੰਦੇ ਸੀਡ ਟੂ ਸਰਵ ਗੋਡ। ਗੁਰਮੁਖ ਜਿਹੜੇ ਹੈਗੇ ਨੇ ਪੂਜੇ ਸਿੱਲਾ ਤੀਰਥ ਬਨਵਾਸਾ, ਪੂਜਦੇ ਜਿਹੜੇ ਹੈਗੇ ਪੱਥਰਾਂ ਨੂੰ ਪੂਜਦੇ ਨੇ ਮੰਦਰਾਂ 'ਚ, ਸਿੱਲਾ ਤੀਰਥ ਬਨਵਾਸਾ, ਅਤੇ ਰਹਿੰਦੇ ਨੇ ਆਪਣੇ ਬਣਾਂ ਦੇ ਵਿੱਚ ਰਹਿੰਦੇ ਨੇ ਉੱਥੇ, ਬਈ ਇੱਥੋਂ ਪਤਾ ਨਿਕਲਿਆਊਗਾ ਰਾਮ, ਸਵੇਰੇ ਤਿਲਕ ਲਾ ਲੂ ਕੇ ਬਹਿ ਜਾਂਦੇ ਨੇ। ਬਰਮਤ ਡੋਲਤ ਭੈ ਉਦਾਸਾ, ਬਰਮਤ ਉਹਨਾਂ ਨੇ ਬਰਮਾ 'ਚ ਪਾਇਆ, ਅਤੇ ਬਰਮ ਜਦੋਂ ਹੁੰਦਾ ਬਰਮ ਅਤੇ ਫਿਰ ਉਹ ਡੁੱਬਦੇ ਨੇ, ਅਤੇ ਭੈ ਉਦਾਸਾ ਉਹ ਉਦਾਸ ਹੋ ਜਾਂਦੇ ਵੀ ਇਹ ਕੀ ਹੈਗਾ, ਸਾਨੂੰ ਯਕੀਨ ਨਹੀਂ ਆਉਂਦਾ ਉਹਨਾਂ ਦਾ ਜਿਹੜਾ ਨਾ ਮਨ ਜਿਹੜਾ ਉਹਨੂੰ ਤਸੱਲੀ ਨਹੀਂ ਆਉਂਦੀ। ਮਨ ਨੂੰ ਤਸੱਲੀ ਤਦੇ ਆਇਆ ਜੇ ਬੁੱਧੀ ਉਹਨਾਂ ਨੂੰ ਨਾਮ ਦਾ ਅੰਮ੍ਰਿਤ ਕੱਢ ਕੇ ਦੇਵੇ, ਪਰ ਉੱਧਰ ਤਾਂ ਜਾਂਦੇ ਨਹੀਂ, ਪੂਜਦੇ ਸ਼ਿਲਾ ਹੈਗੀ ਪੱਥਰ ਪੂਜਦੇ ਨੇ, ਪੂਜਣਾ ਤਾਂ ਹੈਗਾ ਅਕਾਲ ਪੁਰਖ ਹਰ ਪ੍ਰਭ ਜਿਹੜਾ ਅੰਦਰ ਹੈਗਾ, ਬਾਹਰ ਪੱਥਰ ਪੂਜੀ ਜਾਂਦੇ ਨੇ ਅਤੇ ਕਹਿੰਦੇ ਸਾਨੂੰ ਨਾਮ ਮਿਲ ਜਾਏ, ਨਾਮ ਤਦੇ ਮਿਲੂ ਜੇ ਪ੍ਰਭ ਨੂੰ ਪੂਜੋਗੇ। ਮਨ ਮੈਲੇ ਸੂਚਾ ਕਿਉਂ ਹੋਏ, ਜਦੋਂ ਮਨ ਜਿਹੜਾ ਹੈਗਾ ਉਹ ਮੈਲਾ ਹੈਗਾ ਕਾਲਾ ਹੈਗਾ, ਤੁਹਾਡੇ 'ਚ ਬੇਈਮਾਨੀਆਂ ਹੈਗੀਆਂ ਸਭ ਕੁਛ ਹੈ, ਉਹ ਸੁੱਚਾ ਕਿੱਦਾਂ ਹੋ ਜਾਏਗਾ, ਉਹ ਸ਼ਬਦ ਨਾਲ ਹੁੰਦਾ। ਸਾਚ ਮਿਲੇ ਪਾਵੇ ਪੱਤ ਸੋਏ, ਜਿਹਨੂੰ ਅਕਾਲ ਪੁਰਖ ਦਾ ਨਾਮ ਸੱਚਾ ਨਾਮ ਮਿਲਦਾ ਹੈਗਾ ਉਹੀ ਪੱਤ ਪਾਉਂਦਾ ਹੈਗਾ, ਪੱਤ ਉਹੀ ਇੱਜ਼ਤ ਨਾਲ ਰਹਿੰਦਾ ਹੈਗਾ। ਅਚਾਰਾ ਵਿਚਾਰ ਸਰੀਰੇ, ਅਚਾਰਾ ਵਿਚਾਰ ਜਿਹੜਾ ਨਾ ਆਪਣੇ ਇੱਧਰ ਉੱਧਰ ਦੀਆਂ ਵਿਚਾਰਾਂ ਕਰਦਾ, ਜਾਂ ਹੋਰ ਜਿਹੜੀਆਂ ਕਿ ਜਿਹੜੀਆਂ ਅਚਾਰ ਹੈਗਾ ਵੀ ਅਚਾਰਾ ਹੈਗਾ ਵੀ ਜਿਹੜਾ ਵੀ ਹੋਰ ਪਾਸੇ ਦੀਆਂ ਕਿਤਾਬਾਂ ਪੜ੍ਹ ਕੇ ਤਾਂ ਕਰਨਾ ਵੀ ਇਹਦੇ 'ਤੇ ਕੀ ਲਿਖਿਆ ਇਹਨੇ ਆਹ ਕੀ ਲਿਖਿਆ ਹੈਗਾ, ਉਹ ਅਚਾਰਾ ਹੈਗੀ ਆ, ਉਹ ਵਿਚਾਰ ਉਹਦੇ 'ਤੇ ਕਰਦੇ ਨੇ, ਡਿਸਕਸ਼ਨ ਕਰਦੇ ਨੇ ਯੂਨੀਵਰਸਿਟੀਆਂ 'ਚ। ਉਹ ਸਰੀਰ ਹੈਗਾ, ਉਹ ਸਰੀਰ ਦੇ ਮੁਤਾਬਿਕ ਹੈਗਾ ਸਾਰਾ ਕੁਛ, ਯਾਨੀ ਕਿ ਕਿਤਾਬੀ ਨੌਲੇਜ ਉਹ ਵੰਸ ਬੋਰਨ ਜਿਹੜੇ ਹੁੰਦੇ ਨਾ ਕਿ ਜੇ ਉਹ ਪੜ੍ਹ ਪੜ੍ਹ ਕੇ ਉਹਨਾਂ ਦੀ ਹੂਮੇ ਆ ਜਾਂਦੀ। ਆਦਿ ਜੁਗਾਦ ਸਹਿਜੇ ਮਨ ਧੀਰੇ,
ਆਦਿ ਜੁਗਾਦ ਵੀ ਜਿਹੜਾ ਹੈਗਾ ਨਾ ਸਹਿਜੇ ਮਨ ਧੀਰੇ, ਉਹ ਜਿਹੜਾ ਹੈਗਾ ਨਾਮ ਦੇ ਨਾਲ ਨਾ ਵਿਚਾਰ ਦੇ ਨਾਲ ਉਹਦਾ ਜਿਹੜਾ ਮਨ ਹੈਗਾ ਉਹ ਫਿਰ ਧੀਰੇ ਚ ਰਹਿੰਦਾ। ਪਲ ਪੰਕਜ ਮੈਂ ਕੋਟ ਉਧਾਰੇ, ਪਲ ਪੰਕਜ ਯਾਨੀ ਕਿ ਥੋੜ੍ਹੇ ਸਮੇਂ 'ਚ ਉਹ ਕਈਆਂ ਲੋਕਾਂ ਦਾ ਉਧਾਰ ਕਰ ਦਿੰਦਾ ਹੈਗਾ ਜਦੋਂ ਪ੍ਰਚਾਰ ਕਰਦਾ ਆਦਮੀ। ਕਰ ਕਿਰਪਾ ਗੁਰਮੇਲ ਮੇਲ ਪਿਆਰੇ, ਕਰ ਕਿਰਪਾ ਉਹਦੀ ਨਜ਼ਰ ਦੇ ਨਾਲ, ਉਹਦੀ ਜੇ ਨਜ਼ਰ ਹੋਵੇ ਤੁਹਾਡੇ 'ਤੇ ਗੁਰ ਢੰਗ ਲੌਜੀਕਲ ਰੀਜਨਿੰਗ ਮੇਲ ਪਿਆਰੇ ਉਹਦੇ ਨਾਲ ਫਿਰ ਲੌਜੀਕਲ ਰੀਜਨਿੰਗ ਨਾਲ ਫਿਰ ਅਕਾਲ ਪੁਰਖ ਨਾਲ ਤੁਹਾਨੂੰ ਜੋੜ ਦਿੰਦਾ। ਕਿਸ ਆਗੇ ਪ੍ਰਭ ਤੁਧ ਸਲਾਹੀ, ਕਿਸ ਆਗੇ ਪ੍ਰਭ ਤੁਧ ਸਲਾਹੀ, ਮੈਂ ਕਿਹਦੇ ਮੋਹਰੇ ਤੈਨੂੰ ਤੇਰੀ ਵਡਿਆਈ ਕਰਾਂ। ਕਿ ਮੈਨੂੰ ਇਹ ਜਿਹੜੀ ਵਡਿਆਈ ਹੁੰਦੀ ਜਿਹੜਾ ਸਿੱਖ ਦਾ ਉਹਨੂੰ ਪਤਾ ਹੈਗਾ, ਉਹ ਵਡਿਆਈ ਕਰਦਾ ਹੈਗਾ ਅਤੇ ਉਹ ਕਿਸੇ ਨੂੰ ਨਹੀਂ ਕਹਿ ਸਕਦਾ ਵੀ ਆਹ ਇੱਦਾਂ ਹੈਗਾ। ਜਿਨ ਇਹ ਪਾਇਆ ਉਹਨੂੰ ਹੀ ਪਤਾ ਹੈਗਾ, ਜਿੱਦਾਂ ਗੁੰਗੇ ਨੂੰ ਮਠਿਆਈ ਦਾ ਸਵਾਦ ਜਿਹੜਾ ਉਹ ਦੱਸ ਨਹੀਂ ਸਕਦਾ ਹੈਗਾ, ਇੱਦਾਂ ਹੀ ਨਾਮ ਹੈਗਾ ਜਿਹਨੇ ਪਾਇਆ ਉਹਨੂੰ ਹੀ ਪਤਾ ਹੈਗਾ। ਉਹ ਹੁਣ ਕਿਹਦੇ ਮੋਹਰੇ ਸਲਾਹ ਕਰੇ, ਕਿਹਨੂੰ ਦੱਸੇ? ਜੇ ਉਹਨੂੰ ਪਤਾ ਹੋਊਗਾ ਤਦੇ ਤੇ ਨਾ ਉਹ ਇੱਕ ਮਿਕ ਹੋਣਗੇ। ਆਗੇ ਪ੍ਰਭ ਤੁਧ ਸਲਾਹੇ ਸਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀਂ, ਤੇਰੇ ਬਿਨਾਂ ਕੋਈ ਨਹੀਂ ਹੈਗਾ, ਤੂੰ ਹੀ ਹੈਗਾ ਅੰਦਰ ਮੇਰੇ, ਤੇਰੇ ਮੋਹਰੇ 'ਚ ਮੈਂ ਸਲਾਹੁੰਦਾ ਹੈਗਾ ਤੇਰਾ ਨਾਮ, ਤੈਨੂੰ ਸਲਾਹੁਣ ਲਈ ਮੈਂ ਜਪਦਾ ਹੈਗਾ। ਤਿਧ ਬਿਨ ਦੂਜਾ ਮੈਂ ਕੋਈ ਨਾਹੀਂ, ਮੈਂ ਹੋਰ ਕੋਈ ਨਹੀਂ, ਮੈਨੂੰ ਉਹੀ ਤੂੰ ਅੰਦਰ ਹੀ ਜੋ ਹੈਗਾ ਉਹੀ ਹੈਗਾ। ਜਿਉਂ ਤੁਧ ਪਾਵੇ ਤਿਉਂ ਰਾਖ ਰਜਾਏ, ਜਿਵੇਂ ਤੈਨੂੰ ਪਾਉਂਦਾ ਹੈਗਾ ਤੂੰ ਉਦਾਂ ਹੀ ਤੂੰ ਰੱਖ ਆਪਣੀ ਰਜਾ ਦੇ ਮੁਤਾਬਿਕ। ਉਹਦੀ ਰਜਾ ਕੀ ਹੈਗੀ? ਹਿਜ਼ ਵਿਲ, ਉਹ ਲੌਜੀਕਲ ਰੀਜਨਿੰਗ, ਜਿੱਦਾਂ ਕਰੀ ਜਾਓ ਉੱਦਾਂ ਦੇ ਉਸ ਢੰਗ 'ਤੇ ਤੁਰੇ ਜਾਓ ਅਤੇ ਤੁਸੀਂ ਉਹਦੀ ਰਜਾ 'ਚ ਰਹਿੰਦੇ ਹੈ। ਨਾਨਕ ਸਹਿਜੇ ਬਹਿ ਗੁਣ ਗਾਏ, ਨਾਨਕ ਕਹਿੰਦਾ ਵੀ ਮੈਂ ਤਾਂ ਸਹਿਜੇ ਹੀ ਗੁਣ ਗਾਈ ਜਾਂਦਾ, ਮੈਨੂੰ ਤਾਂ ਪਤਾ ਨਹੀਂ ਹੈਗਾ ਵੀ ਉਹਦੇ ਗੁਣ ਗਾਈ ਜਾਂਦਾ ਮੈਂ। ਅਤੇ ਜਿਹੜਾ ਗੁਰਮੁਖ ਹੁੰਦਾ ਹੈਗਾ ਉਹ ਲੌਜੀਕਲ ਰੀਜਨਿੰਗ ਨਾਲ ਉਹਦੇ ਗੁਣ ਗਾਈ ਜਾਂਦਾ ਹੈਗਾ। ਅਤੇ ਜਦੋਂ ਬੋਲੀ ਦਾ ਪ੍ਰਚਾਰ ਕਰੀਦਾ, ਜਿੱਦਾਂ ਆਹ ਬਣਾਈ ਹੈਗੀ ਟ੍ਰਿਨਿਟੀ, ਅਤੇ ਉਹਦੇ ਗੁਣ ਨਾਲ ਹੀ ਬਣਾਈ ਹੈ, ਆਪ ਤਾਂ ਨਹੀਂ ਬਣਾਈ, ਉਹਨੇ ਦੱਸਿਆ ਮੈਨੂੰ ਤਾਂ ਬਣਾ ਦਿੱਤੀ ਲੌਜੀਕਲ ਰੀਜਨਿੰਗ ਨਾਲ। ਇਹ ਸਾਰੀ ਲੌਜੀਕਲ ਰੀਜਨਿੰਗ 'ਤੇ ਹੈਗੀ ਗੁਰ ਨਾਲ, ਸਤਿਗੁਰ ਬਿਨ ਇਹ ਨਹੀਂ ਸਬਕ ਮਿਲਦੇ। ਅਤੇ ਇਹ ਹੈਗਾ ਇਹਦੀ ਵਿਆਖਿਆ, ਅਤੇ ਹੋਪ ਯੂ ਇੰਜੋਏ ਇਟ। ਵਿੱਚ ਆ ਗਿਆ ਸੀ ਟੈਲੀਫੋਨ।